ਤੁਸੀਂ ਦੇਖ ਰਹੇ ਹੋ ਕਾਲ ਚੈਨਲ ਲਗਾਤਾਰ ਤੁਹਾਡੇ ਤੱਕ ਤਸਵੀਰਾਂ ਅਸੀਂ ਕਿਸਾਨ ਅੰਦੋਲਨ ਦੀ ਅਸੀਂ ਦਿਖਾ ਰਹੇ ਹਾਂ ਤੇ ਦੂਜੇ ਪਾਸੇ ਜਿਹੜੇ ਕਿ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਰਿਹਾਈਆਂ ਤਕਰੀਬਨ ਜਾ ਰਹੀ ਹੈ ਸ਼ੁਰੂ ਹੋ ਰਹੀ ਹੈ ਹਜੇ ਅਸੀਂ ਦਿੱਲੀ ਸਿੱਖ ਗੁਰੂ ਪ੍ਰਬੰਧਕ ਕਮੇਟੀ ਦੇ ਦਫ਼ਤਰਾਂ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਇੱਧਰ ਕੈਮਰਾ ਕਰਕੇ ਦਿਖਾ ਦਿਓ ਕੁਝ ਪਰਿਵਾਰ ਆਏ ਵੀ ਹੋਏ ਆ ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਜਿਹੜੀ ਜਮਾਨਤ ਕਰਾਣੀ ਆ ਸੋ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੀ ਇਹ ਤਸਵੀਰ ਹੈਗੀ ਹੈ ਸਰਦਾਰ ਮਨਜਿੰਦਰ ਸਿੰਘ ਸਰਸਾ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਰੁਜੇ ਨੇ ਪਰਵਾਰਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਜਿਨ੍ਹਾਂ ਦੀ ਜਿਹੜੀ ਹੈਗੀ ਹੈ ਬੇਲਾ ਕਰਾਈ ਕਰਾਈ ਜਾਣੀ ਹੈ ਇਸ ਟਾਈਮ ਫੋਨ ਤੇ ਵੀ ਜੋ ਗੱਲ ਚੱਲ ਰਹੀ ਹੈ ਬੇਲਾ ਨੂੰ ਲੈ ਕੇ ਹੀ ਲੀਗਲ ਟੀਮ ਦੇ ਨਾਲ ਚੱਲ ਰਹੀ ਆ ਨੋਦੀਪ ਕੌਰ ਹੁਣੇ ਆਈ ਸੀਗੀ ਗੁਰਦੁਆਰਾ ਰਕਾਬਗਨ ਸਾਹਿਬ ਮੱਥਾ ਟੇਕਨ ਉਹਨੇ ਵੀ ਆ ਕੇ ਜੋ ਕਿ ਤਨਵਾਦ ਵੀ ਕੀਤਾ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਬੇਲਾਂ ਦੇ ਮੁੱਦੇ ਤੇ ਹੀ ਗੱਲਬਾਤ ਕਰਾਂਗੇ ਮਨਜਿੰਦਰ ਸਿੰਘ ਸਿਸਾ ਮੌਜੂਦ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿਸਾ ਸਾਹਿਬ ਹੁਣੇ ਆਫਿਸ ਦੇ ਵਿੱਚ ਵੀ ਆਪਾਂ ਦੇਖ ਰਿਹਾ ਕਈ ਜਿਹੜੇ ਪਰਿਵਾਰ ਆਏ ਹੋਏ ਨੇ ਬੱਚਿਆਂ ਨੂੰ ਨੌਜਵਾਨਾਂ ਨੂੰ ਰਿਹਾ ਕਰਨ ਵਾਸਤੇ ਦਿੱਲੀ ਕਮੇਟੀ ਵੱਲ ਉਹ ਕਹਿੰਦੇ ਨੇ ਕਿ ਬਾ ਕਰੀਏ ਕੀ ਜਾਈਏ ਕਿੱਥੇ ਦਿੱਲੀ ਕਮੇਟੀ ਨੇ ਕਿਹਾ ਸਾਡੇ ਕੋਲ ਆ ਜਾਓ ਆਪਾਂ ਲੀਗਲ ਟੀਮ ਦਵਾਂਗੇ ਤਕਰੀਬਨ ਹੁਣ ਤੱਕ ਕਿੰਨੇ ਅਸੀਂ ਨੌਜਵਾਨ ਨੇ ਜਿਨ੍ਹਾਂ ਦੀ ਰਿਹਾਈ ਤੁਸੀਂ ਕਰਾ ਚੁੱਕੇ ਹੋ ਜਾਂ ਜਿਹੜੇ ਹਜੇ ਰਹਿੰਦੇ ਨੇ ਉਹਨਾਂ ਨੂੰ ਕੀ ਕਹਿਣਾ ਦੇਖੋ 86 ਲੋਕਾਂ ਦੀ ਹੁਣ ਤੱਕ ਰਿਹਾਈ ਜੇਲ੍ਹ ਤੋਂ ਹੋ ਚੁੱਕੀ ਆ 91 ਲੋਕਾਂ ਨੂੰ ਜ਼ਮਾਨਤ ਮਿਲ ਚੁੱਕੀ ਆ ਔਰ ਜਿਹੜੇ ਬਾਕੀ ਨੇ ਕੱਲ ਜਿੰਮੇਸਤਾਰਾਂ ਜ਼ਮਾਨਤਾਂ 깔 ਲੱਗੀਆਂ ਹੋਈਆਂ ਨੇ ਔਰ ਉਮੀਦ ਆ ਕਿ ਕੱਲ ਸਾਰੇ-ਸਾਰੇ ਉਹ ਵੀ ਹੋਣ ਗੀਆਂ ਅ ਜਿਵੇਂ ਅਸੀਂ ਕਮਿਟ ਕੀਤਾ ਸੀ ਕਿ ਜੋ ਕਮਿੰਗ ਵੀਕ ਆ ਜੇਸੂ ਵੀ ਕੰਦਰ ਸਭ ਨੂੰ ਜਮਾਨਤਾਂ ਲੈ ਕੇ ਜੇਲ੍ਹਾਂ ਚੋਂ ਬਾਹਰ ਕੱਢ ਲਾਂਗੇ ਠੀਕ ਹੈ ਕੱਲੇ ਦਿੱਲੀ ਕਮੇਟੀ ਮਤਲਬ ਜੋ ਕੰਮ ਤੇ ਕੀਤੇ ਜਾ ਰਹੇ ਹੈ ਲੀਗਲ ਟੀਮ ਹੈ ਕਿੱਡੀ ਵੱਡੀ ਲੀਗਲ ਟੀਮ ਹੈ ਕਿਉਂਕਿ ਮਨਜਿੰਦਰ ਸਿੰਘ ਸਰਸਾ ਦੇ ਪਿੱਛੇ ਇੱਕ ਲੀਗਲ ਟੀਮ ਹੈ ਜਿਹੜੀ ਇੱਕ ਹੋਰ ਇਕੱਲਾ ਵਕੀਲ ਵੀ ਨਹੀਂ ਹੋਏਗਾ ਕਈ ਵਕੀਲ ਹੋਣਗੇ ਤਕਰੀਬਨ ਕਿੰਨੇ ਲੋਕਲ ਦੀ ਟੀਮ ਕੰਮ ਕਰ ਰਹੀ ਹੈ ਇਹਦੇ ਪਿੱਛੇ ਜਿਹੜੇ ਡਾਇਰੈਕਟਲੀ ਔਰ ਇਨਡਾਇਰੈਕਟਲੀ ਜੁੜੇ ਹੋਏ ਹੈ ਦਿੱਲੀ ਕਮੇਟੀ ਦੇ ਨਾਲ ਦੇਖੋ ਕੋਈ ਤਕਰੀਬਨ ਮੈਨੂੰ ਲੱਗਦਾ ਹੈ ਕਿ 70 80 ਵਕੀਲ ਹੋਣਗੇ 70 80 ਵਕੀਲ ਜੀ ਚੋ ਸਮਝ ਲਓ ਤੇ ਸਵੇਰੇ ਦਫਤਰ ਚ 10 ਵਜੇ ਬਹਿ ਜਾਂਦੇ ਨੇ ਤੇ ਕਈ ਵਨ ਰਾਤ ਦੇ 10 ਵਜੇ ਜਾਂਦੇ ਨੇ ਉਹਨਾਂ ਦਾ ਕੰਮ ਆ ਜਿਹੜੇ ਨੋਟਿਸ ਆ ਰਹੇ ਨੇ ਜਿਹੜੀਆਂ ਬੀਲ ਐਪਲੀਕੇਸ਼ਨਾਂ ਬਣਦੀਆਂ ਪਈਆਂ ਨੇ ਉਹਨਾਂ ਦੇ ਪਰਿਵਾਰ ਦੇ ਲੋਕ ਆਏ ਨੇ ਜਿਨ੍ਹਾਂ ਦੀ ਬੇਲਾਂ ਹੋ ਗਈਆਂ ਨੇ ਉਹਨਾਂ ਦੇ ਚਲ ਕੇ ਭਰਨੇ ਨੇ ਇਹਦੇ ਇਲਾਵਾ ਕੋਈ ਤਕਰੀਬਨ 20 ਵਕੀਲ ਐਸੇ ਨੇ ਜਿਹੜੇ ਫੀਲਡ ਚ ਨੇ ਠੀਕ ਆ ਜਿਹੜੇ ਕੋਰਟਾਂ ਚ ਅਪੀਲ ਹੋ ਰਹੇ ਨੇ ਬੇਲਾਂ ਔਰ ਇਸੇ ਤਰ੍ਹਾਂ 20 ਤੀ ਵਕੀਲ ਇਹੋ ਜਿਹੇ ਨੇ ਜਿਹੜੇ ਸਾਡੀ ਹੈਲਪ ਕਰਦੇ ਪਏ ਨੇ ਜਿਨ੍ਹਾਂ ਨੂੰ ਜੇ ਕੋਈ ਪਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਆ ਕੋਈ ਜਨਰਲ ਸੈਕਟਰੀ ਐਸੀ ਰਿਕਵੈਸਟ ਕੀਤੀ ਪਰ ਆਯ ਹਾਂ ਬਿਲਕੁਲ ਵਾਸਤੇ ਕਿਉਂਕਿ ਸਾਨੂੰ ਬੜੇ ਚਿਹਰੇ ਦੀ ਲੋਟ ਸੀਗੀ ਕਿਉਂਕਿ ਸਾਨੂੰ ਇੱਕ ਕਮਿਊਨਲ ਰੰਗ ਦੇ ਦਿੱਤਾ ਗਿਆ ਸੀ ਉਹਦੇ ਵੀ ਸਾਨੂੰ ਬੜਾ ਕੁਝ ਸੋਚਣਾ ਸੀਗਾ ਇਹ ਚੀਜ਼ ਮੈਂ ਬੋਲ ਨਹੀਂ ਸਕਦਾ ਟੀਵੀ ਤੇ ਪਰ ਤੁਸੀਂ ਸਮਝ ਸਕਦੇ ਜੀ ਤੇ ਉਹ ਬਾਰ ਐਸੋਸੀਏਸ਼ਨਾਂ ਦੇ ਚਾਹਰ ਸਾਹਿਬ ਜਿਵੇਂ ਪ੍ਰਧਾਨ ਨੇ ਜਾਂ ਤੁਹਾਡੇ ਨਿਸ਼ਿਆਰ ਸਾਹਿਬ ਨੇ ਗੁਪਤਾ ਜੀ ਨੇ ਬਹੁਤ سارے ਅੱਜ ਵਕੀਲ ਨੇ ਜਿਹੜੇ ਸਿਰਫ ਇੱਕੋ ਫੋਨ ਕਾਲ ਤੇ ਅਸੀਂ ਕਿਹਾ ਤਾਂ ਵੀ ਵਕੀਲ ਸਾਹਿਬ ਜਰਾ ਚਲੇ ਜੋ ਜਿਵੇਂ ਰਿਕੁਐਸਟ ਆ ਹਾਂ ਵੀ ਜਾਏਗੇ ਚਾਰ ਲੋਕਾਂ ਨੂੰ ਹੋਰ ਲੈ ਕੇ ਜਾਏਗੇ ਉਹ ਜਾ ਕੇ ਹੋਰ ਨਾਲ ਚਾਰ ਮੁੰਦੇ ਖੜੇ ਕੀ ਚਾਰ ਹੋਰ ਲੈ ਜਾਂਦੇ ਸੀ ਚਾਰ ਹੋਰ ਲੈ ਕੇ ਜਾਂਦੇ ਸੀ ਚਾਰਾਂ ਨੂੰ ਹੋਰ ਕਹਿੰਦੇ ਯਾਰ ਉਸਕਾ ਪਤਾ ਕਰ ਲੈ ਕਾਹ ਹੈ ਉਸਕੋ ਪਤਾ ਕਰ ਲੈ ਯਾਰ ਚਲਣਾ ਯਾਰ ਆ ਜੋ ਬੇਲ ਲੱਗੀ ਹੋਈ ਉਹਨਾਂ ਕੀ ਤੇ ਵਿਚਾਰਿਆਂ ਨੇ ਇੰਨਾ ਧੰਨਵਾਦ ਅਸੀਂ ਤੇ ਅਸੀਂ ਤੇ ਮਤਲਬ ਉਹਨਾਂ ਦਾ ਨਾ ਰਿਣੀ ਅੱਜ ਨੂੰ ਕਹਿੰਦੇ ਨਾ ਮਿਲ ਮੈਨੂੰ ਇਹ ਖਰੀਦ ਲਿਆ ਮਤਲਬ ਮੈਨੂੰ ਇੱਕ ਦਿਨ ਜਿਹੜੇ ਨਿਸ਼ਾਰ ਸਾਹਿਬ ਨੇ ਉਹ ਮੈਨੂੰ ਇਹ ਵਰਡ ਯੂਜ਼ ਕੀਤਾ ਉਹਨਾਂ ਨੇ ਮੈਨੂੰ ਕਹਿੰਦਾ ਜੀ ਹਮੇ ਸਿਰ ਸਾਹਿਬ ਜੀ ਬਹੁਤ ਗੁੱਸਾ ਹੈ ਜਿਵੇਂ ਆ ਠੀਕ ਹੈ ਯਾਨੀ ਆਮ ਲੋਕ ਵੀ ਬਾਹਰ ਆਣਾ ਚਾ ਰਹੇ ਨੇ ਬਹੁਤ ਗੁੱਸਾ ਹੈ ਉਹਨਾਂ ਦੇ ਅੰਦਰ ਵੀ ਯਾਰ ਤੁਸੀਂ ਇਸ ਤਰ੍ਹਾਂ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਦੇ ਪਏ ਜੇ ਤਾਂ ਉਹਨਾਂ ਨੂੰ ਵੀ ਬੜਾ ਗੁੱਸਾ ਹੈ ਇਸ ਗੱਲ ਨੂੰ ਲੈ ਕੇ ਸਿਸਰ ਜੀ ਲਗਾਤਾਰ ਜੇ ਗੱਲ ਦੇਖੇ ਨਾ ਕਿ ਹੁਣ ਤੱਕ ਕਈ ਜਿਹੜੇ ਨੌਜਵਾਨ ਰਿਹਾ ਹੋ ਚੁੱਕੇ ਆ ਤੇ ਰਿਹਾ ਤਾਂ ਹੋ ਗਏ ਮਤਲਬ ਤੁਸੀਂ ਕਿਦਾਂ ਮਤਲਬ ਕਿ ਉਹ ਜ਼ਮਾਨਤ ਤਾਂ ਉਹਨਾਂ ਦੀ ਹੋ ਗਈ ਤੇ ਕਿ ਉਸ ਤੋਂ ਬਾਅਦ ਵੀ ਹਜੇ ਕੋਈ ਬਰੀ ਤਾਂ ਹੋਈ ਨਹੀਂ ਤੇ ਕਿ ਬਰੀ ਹੋਣ ਵਾਸਤੇ ਵੀ ਕੋਈ ਲੀਗਲ ਪ੍ਰੋਸੀਡਿੰਗ ਜਾਰੀ ਰਹਿਣਗੀਆਂ ਕਿ ਸਿਰਫ ਕੱਲੇ ਜ਼ਮਾਨਤ ਕਰਾਂ ਤਾਂ ਕਿ ਤੁਹਾਡਾ ਪ੍ਰੋਸੈਸ ਹੈਗਾ ਨਹੀਂ ਨਹੀਂ ਬਿਲਕੁਲ ਬਰੀ ਵੀ ਕਰਾਵਾਂਗੇ ਸਭ ਨੂੰ ਬਰੀ ਕਰਾ ਕੇ ਬਾਹਰ ਲੈ ਕੇ ਆਵਾਂਗੇ ਲੜਾਈ ਭਾਵੇਂ ਜਿੰਨੇ ਸਾਲ ਮਰਜ਼ੀ ਲੜਨੀ ਪਵੇ ਇਹ ਕਮਿਊਨਿਟੀ ਦੀ ਲੜਾਈ ਆ ਕਿਸਾਨੀ ਦੀ ਲੜਾਈ ਆ ਔਰ ਸਾਡਾ ਫਰਜ਼ ਮੰਨਦਾ ਆਪਣੇ ਭਰਾਵਾਂ ਨਾਲ ਖੜੇ ਹੋਣਾ ਅਸੀਂ ਡਟ ਕੇ ਆਪਣੇ ਭਰਾਵਾਂ ਨਾਲ ਖੜੇ ਆ ਦਿੱਲੀ ਕਮੇਟੀ ਐਡੀ ਵੱਡੀ ਲੀਗਲ ਰੇਡ ਦੇ ਰਹੀ ਆ ਤੇ ਜਦੋਂ ਇਹੋ ਜੀ ਗੱਲ ਹੁੰਦੀ ਹੈ ਤਾਂ ਕਈ ਸੰਸ਼ੇ ਵੀ ਜਿਹੜੇ ਹੈਗੇ ਨੇ ਭਾਵੇਂ ਵਿਰੋਧੀਆਂ ਵੱਲੋਂ ਦੂਜਿਆਂ ਵੱਲੋਂ ਚੁੱਕੇ ਜਾਂਦੇ ਹੈਗੇ ਮਚਾਵਾਂਗਾ ਕਿ ਉਹਦਾ ਵੀ ਜਵਾਬ ਦਿਓ ਕਈ ਸਵਾਲ ਇੱਥੇ ਚੁੱਕੇ ਜਾ ਰਹੇ ਕਿ ਦਿੱਲੀ ਕਮੇਟੀ ਕੱਲੇ ਸਿਰਫ ਜਾਂ ਮਨਜਿੰਦਰ ਸਿੰਘ ਸਰਸਾ ਕੱਲੇ ਸਿਰਫ ਰਿਹਾਈ ਠੀਕ ਹੈ ਤੁਸੀਂ ਕਰਾ ਰਹੇ ਹੋ ਪਰ ਕਈ ਵਾਰ ਜਿਨ੍ਹਾਂ ਦੀ ਨਈ ਵੀ ਰਿਹਾਈ ਹੁੰਦੀ ਕੋਈ ਹੋਰ ਜ਼ਮਾਨਤ ਕਰਾ ਰਿਹਾ ਹੁੰਦਾ ਜਸਮੀਤ ਸਿੰਘ ਪੀਤੰਪੁਰਾ ਨੇ ਇਲਜ਼ਾਮ ਲਗਾਏ ਪਿੱਛੇ ਕੁਝ ਨੌਜਵਾਨ ਸੀ ਕਿ ਕਾਂਗਰਸ ਨੇ ਉਹਨਾਂ ਦੀ ਕਹਿੰਦੇ ਲੀਗਲ ਟੀਮ ਨੇ ਕਰਾਈ ਸੀ ਮਨਜਿੰਦਰ ਸਿੰਘ ਸਰਸਾ ਵਿੱਚ ਸਿਰਫ ਕ੍ਰੈਡਿਟ ਲੈਣ ਵਾਸਤੇ ਆ ਗਏ ਦੇ ਕੋਮੇ ਨੂੰ ਨੀ ਪਤਾ ਤੁਸ ਕੀ ਦਾ ਨਾਮ ਲਿਆ ਮੈਂ ਤੇ ਜਾਣਦਾ ਨਹੀਂ ਇਹਨੂੰ ਕੌਣ ਹੈ ਬੰਦਾ ਪਰ ਮੈਂ ਤੁਹਾਨੂੰ ਇਹ ਦੱਸ ਸਕਦਾ ਕਿ ਦਿੱਲੀ ਕਮੇਟੀ ਨੇ ਹੀ ਅਜ ਤੱਕ ਸਭ ਦੀਆਂ ਜ਼ਮਾਨਤਾਂ ਕਰਾਈਆਂ ਨੇ ਤਿੰਨ ਜ਼ਮਾਨਤਾਂ ਦੇ ਅੰਦਰ ਇੱਕ ਵਕੀਲ ਨਾਲ ਕਾਂਗਰਸ ਦਾ ਜਿਹੜਾ ਕਿ ਉਹਨਾਂ ਦਾ ਲੀਗਲ ਵਿੰਗ ਦਾ ਸੀ ਉਹ ਖੜਾ ਹੋਇਆ ਸੀ ਜਿਹਦਾ ਨਾਮ ਯਾਦਵ ਆ ਉਹਦੇ ਚ ਵੀ ਸਾਡੇ ਵਕੀਲ ਸੀ ਅਮਰਵੀਰ ਸਿੰਘ ਪੁੱਲਰ ਲੇਕਿਨ ਅਸੀਂ ਜਿੱਦਣ ਸਾਨੂੰ ਉਹਨੇ ਇਹ ਕਿਹਾ ਕਿ ਮੈਂ ਕਾਂਗਰਸ ਦਾ ਐਡਵੋਕੇਟ ਆ ਅਸੀਂ ਕਿਹਾ ਵੀ ਨਹੀਂ ਵੀ ਇਹਤੇ ਪਾਰਟੀਆਂ ਦੇ ਐਡਵੋਕੇਟ ਨਹੀਂ ਆਉਣਗੇ ਤੁਸੀਂ ਆਪਣਾ ਫਰਕ ਹੋ ਜਾਓ ਉਦੋਂ ਤੋਂ ਅਸੀਂ ਆਪਾਰ ਕਰਤਾ ਸਾਡੀ ਕਮੇਟੀ ਦਾ ਤੁਹਾਡੇ ਕੋਲ ਵਾਸਤੇ ਨਹੀਂ ਅਸੀਂ ਪਾਰਟੀਆਂ ਦੀ ਇਥੇ ਗੱਲ ਕਰਨ ਵਾਸਤੇ ਨਹੀਂ ਖੜੇ ਆ ਗਏ ਹਾਂ ਠੀਕ ਹੈ ਤੇ ਜਿਸ ਤਰੀਕੇ ਆਪਾਂ ਜੀ ਦੇਖਿਆ ਕਿ ਠੀਕ ਹੈ ਰੇ ਮੁੰਡੇ ਰਿਹਾਵ ਹੋ ਰਹੇ ਆ ਬਹੁਤ ਅੱਛੀ ਗੱਲ ਆ ਕਿਸਾਨਾਂ ਅੰਦੋਲਨ ਦੇ ਵਿੱਚ ਵਾਪਸ ਵੀ ਜਾ ਰਹੇ ਆ ਤੇ ਤੁਹਾਨੂੰ ਕੀ ਲੱਗਦਾ ਕਿ ਜਿਸ ਤਰੀਕੇ ਇੱਕ ਇੱਕ ਮਾਹੌਲ ਜਿਹੜਾ ਇੱਕ ਬਣਾਇਆ ਗਿਆ ਨਾ ਕਿ ਇਹ ਜਿਹੜੇ ਹੈ ਜੀ ਇਹ ਟੈਰਰਿਸਟ ਨੇ ਇਤਨਾ ਦਾ ਮਾਹੌਲ ਯਾਨੀ ਕਿ ਇਹ ਜੀ ਤੁਸੀਂ ਤੁਸੀਂ ਟੀਵੀ ਚੈਨਲਾਂ ਤੇ ਜਾ ਕੇ ਆਪਾਂ ਦੇਖਦੇ ਹਾਂ ਡਿਬੇਟ ਦੇ ਵੀ ਤੁਸੀਂ ਗੱਲਬਾਤ ਕਰਦੇ ਹੋ ਤੁਹਾਨੂੰ ਇਸ ਤਰੀਕੇ ਦੇ ਕੁਐਸਚਨ ਕੀਤੇ ਜਾਂਦੇ ਆ ਮੀਡੀਆ ਵੱਲੋਂ ਕਿ ਤੁਸੀਂ ਦਿੱਲੀ ਕਮੇਟੀ ਗੁਰਦੁਆਰਾ ਕਮੇਟੀ ਜਿਹਦਾ ਕੰਮ ਗੁਰਦੁਆਰਿਆਂ ਨੂੰ ਸੰਭਾਲਣਾ ਉਹ ਇੰਨਾ ਟੈਰਰਿਸਟਾਂ ਨੂੰ ਕਿਉਂ ਇਹਨਾਂ ਦੀ ਬਿਹੇਲ ਕਰਨ ਵਾਸਤੇ ਇਹਨਾਂ ਨੂੰ ਰਿਹਾ ਕਰਾਉਣ ਵਾਸਤੇ ਕੰਮ ਕਿਉਂ ਕਰ ਰਹੀ ਹੈ ਤੇ ਕਿਉਂ ਇਹੋ ਜਿਹੇ ਸਵਾਲ ਪੁੱਛੇ ਜਾ ਰਹੇ ਮੈਨੂੰ ਲੱਗਦਾ ਕਿ ਸਵਾਲ ਹੀ ਨਹੀਂ ਪੁੱਛੇ ਜਾਣੇ ਚਾਹੀਦੇ ਤੁਹਾਨੂੰ ਇਹ ਨਹੀਂ ਲੱਗਦਾ ਕਿਸ ਤਰੀਕੇ ਦਾ ਮਾਹੌਲ ਬਣਾਇਆ ਜਾ ਰਿਹਾ ਨਹੀਂ ਇਹੀ ਬਣਾਇਆ ਜਾਂਦਾ ਹੈ ਜਾਣ ਬੁੱਝ ਕੇ ਕਿਹਾ ਜਾਂਦਾ ਹੈ ਜਨ ਬੁੱਝ ਕੇ ਕਿਆ ਜਾਂਦਾ ਹੈ ਸਵਾਲ ਕੀਤੇ ਜਾਂਦੇ ਨੇ ਕਿ ਬਤਾਓ ਜੀ ਤੁਸੀਂ ਦੇਸ਼ਦ్రోਹੀਆਂ ਦੇ ਸਾਥ ਖੜੇ ਹੋ ਮੈਂ ਇੱਕ ਟੀਵੀ ਚੈਨਲ ਹੈ ਕਿਹਾ ਵੀ ਇਸ ਤਰ੍ਹਾਂ 120 ਬੰਦੇ ਆ ਜਾਣਗੇ ਨਾ ਜਮਾਨਤ ਤੇ ਮੈਂ ਤੁਹਾਡੇ ਸਾਹਮਣੇ ਬਣਾਉਂਗਾ ਬਿਠਾਉਂਗਾ ਇਹਨਾਂ ਨੂੰ ਮੈਨੂੰ ਦੱਸ ਦੇਣਾ ਕਿ ਉਹ ਦੇਸ਼ਦ్రోਹੀ ਕਿਹੜਾ ਹੈ ਠੀਕ ਹੈ ਉਸ ਉਹਨਾਂ ਦਾ ਪਰਪਸ ਕੀ ਆ ਵੀ ਉਹਨਾਂ ਦਾ ਪਰਪਸ ਇਹ ਆ ਵੀ ਕਿਸੇ ਤਰੀਕੇ ਇਸ ਕਿਸਾਨ ਅੰਦੋਲਨ ਦੇ ਅੰਦਰ ਸਿੱਖਾਂ ਨੂੰ ਦਿਖਾਇਆ ਜਾਵੇ ਔਰ ਫਿਰ ਸਿੱਖੀ ਦੇ ਨਾਮ ਦੇ ਉੱਤੇ ਇਹ ਦਿਖਾਇਆ ਜਾਵੇ ਵੀ ਇੱਕ ਕਿਸਾਨ ਨਹੀਂ ਹੈਗੇ ਇਹ ਦੇਸ਼ਦ్రోਹੀ ਨੇ ਇਹਦੇ ਵਾਸਤੇ ਕਈ ਟੀਵੀ ਚੈਨਲ ਵੀ ਤਰਲੋ ਮੱਛੀ ਹੋ ਰਹੇ ਨੇ ਕਰਾਸੀ ਵੀ ਪਰਵਾਹ ਨਹੀਂ ਕਰਦੇ ਟੱਟ ਕੇ ਖੜੇ ਹੁੰਦੇ ਆ ਉਹਨਾਂ ਨੂੰ ਲੱਗਦਾ ਕਿ ਜਦੋਂ ਅਸੀਂ ਆਹ ਗੱਲ ਕਰਾਂਗੇ ਨਾ ਸ਼ਾਇਦ ਇਹ ਘਬਰਾ ਜਾਣਗੇ ਟੀਵੀਾਂ ਤੇ ਸ਼ਾਇਦ ਇਹਨਾਂ ਦੇ ਹੱਥ ਪੈਰਾਂ ਦੀ ਪੈ ਜਾਊਗੀ ਨਹੀਂ ਸਾਡੀਆਂ ਗਰਾਂ ਦੇ ਉਹਨਾਂ ਕੋਲ ਜਵਾਬ ਨਹੀਂ ਹੈਗੇ ਅਸੀਂ ਉਹ ਲੋਕ ਆ ਮੈਨੂੰ ਟੀਵੀ ਚੈਨਲ ਪੁੱਛਤਾ ਮੈਨੂੰ ਕਹਿੰਦਾ ਸਿਰਸਾ ਜੀ ਆਪਨੇ ਕਦੇ ਸੁਣਾ ਹੈ ਯਹਾਂ ਪੇ ਪਹਿਲੇ ਅੱਜ ਸੇ ਪਹਿਲੇ ਕਦੀ ਨਿਸ਼ਾਨ ਸਾਹਿਬ ਲਗਾਓ ਕੋਈ ਧਾਰਮਿਕ ਸਥਾਨ ਮੈਂ ਕਹਾ ਜੀ ਹਾਂ 1783 ਮੇ ਇਸੀ ਲਾਲ ਕਿਲੇ ਦੇ ਉੱਪਰ ਬਾਬਾ ਬਗੇਲ ਸਿੰਘ ਜੀ ਨੇ ਬਾਬਾ ਜੱਸਾ ਸਿੰਘ ਆਲੂ ਵਾਲੇ ਜੀ ਨੇ ਬੱਚਾ ਬਾਬਾ ਜੱਸਾ ਸਿੰਘ ਰਾਮਕੜਾ ਜੀ ਨੇ ਇਸੀ ਨਿਸ਼ਾਨ ਸਾਹ ਇਸੀ ਲਾਲ ਕਿਲ੍ਹੇ ਉਪਰ ਜਦ ਤੱਕ ਅਭੀ ਤੱਕ ਤਿਰੰਗਾ ਵੀ ਨਹੀਂ ਜੁਲ੍ਹਾਤਾ ਤਬ ਯਹਾਂ ਪੇ ਕੇਸੀ ਨਿਸ਼ਾਨ ਜੁਲਹਾਇਆ ਥਾ ਹਮੇ ਫਕਰ ਹੈ ਇਸ ਲਾਲ ਕਿਲਾ ਜਿਸਕੋ ਇੱਕ ਖੂਨੀ ਕਿਲਾ ਹੈ ਯੇ ਯੇ ਲਾਲ ਰੰਗ ਦਾ ਕਿਲਾ ਹੈ ਜਿਸਕੋ ਅਜ ਤੂੰ ਕਹਤੇ ਹੋ ਨਾ ਕਿ ਇਸ ਲਾਲ ਕਿਲੇ ਕੀ ਗਰਮਾ ਕੋ ਠੇਸ ਪਹੁੰਚੀ ਇਸ ਕੀ ਕੋਈ ਗਰਮਾ ਨਹੀਂ ਥੀ ਇੰਨਾ ਇੰਨਾ ਤੁਸੀਂ ਪ੍ਰਚਾਰ ਕੀਤਾ 6 5 6 ਸਾਲ ਫਤਿਹ ਦਿਵਸ ਕਰਾਇਆ ਕਿ ਉਸ ਦੇ ਬਾਵਜੂਦ ਵੀ ਜਿਹੜਾ ਹੈਗਾ ਇਹ ਲੋਕ ਫਤਿਹ ਦੇਵਸ ਨੂੰ ਨਹੀਂ ਜਾਣਦੇ ਜਾਂ ਜਾਣਦੇ ਹੋਏ ਵੀ ਭੁੱਲਣਾ ਚਾਹੁੰਦੇ ਨੇ ਕੀ ਲੱਗਦਾ ਕਿ ਇਹ ਕਹੋ ਜੀ ਮਾਨਸਿਕਤਾ ਆ ਗਈ ਹੈਗੀ ਆ ਕਿਉਂ ਮਤਲਬ ਇੰਨਾ ਪ੍ਰਚਾਰ ਕੀਤਾ ਫਤਿਹ ਦਿਵਸ ਪੂਰੀ ਦਿੱਲੀ ਨੇ ਦੇਖਿਆ ਪੂਰੀ ਦੁਨੀਆ ਨੇ ਦੇਖਿਆ ਫਤਿਹ ਦਿਵਸ ਮਨਾਇਆ ਜਾ ਰਹੇ ਆ ਉਸ ਦੇ ਬਾਵਜੂਦ ਵੀ ਕਿਉਂ ਉਦੋਂ ਨਿਸ਼ਾਨ ਸਾਹਿਬ ਚੱਗੇ ਸੀ ਅੱਜ ਫੇਰ ਵੀ ਉਹਨਾਂ ਨੂੰ ਯਾਦ ਕੋਈ ਜ਼ਿਆਦਾ ਹੀ ਕੋਈ ਪੁਰਾਣੀ ਤਾਂ ਗੱਲ ਹੋਈ ਨਹੀਂ 4-5 ਸਾਲ ਹੀ ਪੁਰਾਣੀ ਗੱਲ ਹੀ ਆ ਨਾ ਦੇਖੋ ਤੁਸੀਂ 4-5 ਸਾਲ ਪੁਰਾਣੀਆਂ ਗੱਲਾਂ ਕਰਦੇ ਪਏ ਜੇ ਮੈਂ ਤੁਹਾਨੂੰ 26 ਜਨਵਰੀ 2021 ਦੀ ਗੱਲ ਦੱਸਦਾ ਹਾਂ ਜਿੱਦਣ ਉਹ ਕਹਿ ਰਹੇ ਨੇ ਕਿ ਅਸੀਂ ਗਲਤ ਕੀਤਾ ਹੈ ਉਸੇ ਦਿਨ ਦੇਸ਼ ਦੇ ਰਾਸ਼ਟਰਪਤੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜਾ ਨਿਸ਼ਾਨ ਸਾਹਿਬ 26 ਜਨਵਰੀ ਦੀ ਪਰੇਡ ਦੇ ਅੰਦਰ ਚਾਂਕੀ ਤੇ ਲੱਗ ਕੇ ਜਾ ਰਿਹਾ ਉਸ ਨੂੰ ਸਲੂਟ ਕਰ ਰਹੇ ਨੇ ਤੁਸੀਂ ਤਾਂ ਬੜਾ ਪਿੱਛੇ ਚਲੇ ਗਏ ਜੀ ਉਧਰ ਸਲੂਟ ਕਰਦੇ ਪਏ ਨੇ ਉਧਰ ਸਾਨੂੰ ਤੇਜ਼ ਦਰੋਹ ਦੱਸਣ ਦੇ 4 ਘੰਟਿਆਂ ਚ ਹਾਂ ਤੇ ਫਿਰ ਦੱਸੋ ਉਹਨਾਂ ਨੂੰ ਕਿੱਥੇ ਜਾਊਗਾ ਪਤੇ ਦੇ ਵਾਸਤੇ ਇਲਾਜ ਕੀ ਐਸ ਮੰਨ ਸਕਦਾ ਦਾ ਕੋਈ ਨਹੀਂ ਇਲਾਜ ਇਹ ਹੈ ਕਿ ਅਸੀਂ ਲੜਦੇ ਰਾਂਗੇ ਅਸੀਂ ਯਾਦ ਕਰਾਉਂਦੇ ਰਾਂਗੇ ਆਪਾਂ ਕਿਉਂ ਆਪਾਂ ਲੜਨ ਵਾਲੀ ਕੌਮ ਹੀ ਰਹਿ ਗਏ ਹਮੇਸ਼ਾ ਲੜਦੇ ਰਾਂਗੇ ਕਦੀ ਸਿਰ ਚੱਕ ਕੇ ਜੀਵਾਂਗੇ ਕਦੀ ਲੜਾਈ ਫਿਜ਼ੀ ਦੇਖੋ ਜੰਗਲ 'ਚ ਸ਼ੇਰ ਰਹਿੰਦਾ ਹੈ ਪਰ ਸ਼ੇਰ ਕਦੀ ਬਿਨਾ ਚੁਣੌਤੀਆਂ ਦੇ ਨਹੀਂ ਰਹਿ ਸਕਦਾ ਉਹਨੂੰ ਆਪਣਾ ਜੰਗਲ ਦੇ ਅੰਦਰ ਰਾਜ ਨੂੰ ਸਥਾਪਿਤ ਕਰਨ ਵਾਸਤੇ ਰੋਜ਼ ਦਹਾੜਨਾ ਹੀ ਪੈਂਦਾ ਹੈ ਜਿਹੜੇ ਉੱਥੇ ਮੱਝਾਂ-ਗਾਂਾਂ ਫਿਰਦੇ ਉਹਨਾਂ ਨੂੰ ਥੋੜਾ ਦਹਾੜਨਾ ਪੈਂਦਾ ਲੈ ਸਾਨੂੰ ਰੋਦ ਦੱਸਣਾ ਪਊ ਅਸੀਂ ਕੌਣ ਅਸੀਂ ਦੱਸਦੇ ਨਹੀਂ ਹੈ ਕਿ ਅਸੀਂ ਕੌਣ ਦੱਸਣ ਦੀ ਲੋੜ ਨਹੀਂ ਹੈਗੀ ਆਪਣੀ ਹੋਂਦ ਨੂੰ ਬਚਾਏ ਰੱਖਣ ਵਾਸਤੇ ਉਹਨੂੰ ਕਾਇਮ ਰੱਖਣ ਵਾਸਤੇ ਕਿਉਂਕਿ ਸਾਡੀ ਹੋਂਦ ਸ਼ੇਰਾਂ ਵਾਲੀ ਆ ਜੇਕਰ ਪੇਟ ਬੱਕਰੇ ਵਾਲੀ ਹੋਂਦ ਹੁੰਦੀ ਤਾਂ ਸਾਨੂੰ ਬਚਾਉਣ ਦੀ ਲੋੜ ਹੀ ਨਹੀਂ ਪੈਣੀ ਸੀ ਕਿਉਂਕਿ ਸਾਡੀ ਹੋਂਦ ਸ਼ੇਰਾਂ ਵਾਲੀ ਆ ਔਰ ਫਿਰ ਸ਼ੇਰਾਂ ਵਾਲੀ ਹੋਂਦ ਨੂੰ ਸ਼ੇਰਾਂ ਵਾਲੇ ਕੰਮ ਰੋਜ਼ ਕਰਨੇ ਪੈਣਗੇ ਠੀਕ ਆ ਉਹਨਾਂ ਲੋਕਾਂ ਵਾਸਤੇ ਕੋਈ ਸਨੇਹਾ ਜਿਹੜੇ ਹਜੇ ਵੀ ਸ਼ਾਇਦ ਜਿੰਨਾਂ ਤੱਕ ਮੈਸੇਜ ਨਾ ਪਹੁੰਚਿਆ ਹੋਵੇ ਕਿ ਸਾਡੇ ਮੁੰਡੇ ਜੋ ਕਿ ਲਾਪਤਾ ਨੇ ਜਾਂ ਅਰੈਸਟ ਹੋ ਚੁੱਕੇ ਨੇ ਉਹਨਾਂ ਕਿਸੇ ਨੂੰ ਵੀ ਇਹ ਚਿੰਤਾ ਕਰਨ ਦੀ ਲੋੜ ਨਹੀਂ ਜਿੱਦਣ ਤੋਂ ਇਹ ਲੋਕ ਅਰੈਸਟ ਹੋਏ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਸ ਦਿਨ ਤੋਂ ਆਪਣੇ ਭਰਾਵਾਂ ਨਾਲ ਖੜੀ ਆ ਪਰਸੋਂ ਇੱਕ ਮੁੰਡਾ ਬਾਹਰ ਆਇਆ ਸੀ ਕੱਲ ਮੈਨੂੰ ਮਿਲ ਕੇ ਗਿਆ ਇੱਥੇ ਆ ਕੇ ਰੋਹਿਨੀ ਦਾ ਮੈਨੂੰ ਉਦੋਂ ਮਿਲ ਨਹੀਂ ਪਾਇਆ ਉਦੋਂ ਉਹ ਦੂਜੀ ਜੇਲ ਤੋਂ ਬਾਹਰ ਨਿਕਲ ਗਿਆ ਪਰਿਵਾਰ ਉਹਦਾ ਲੈ ਗਿਆ ਸਿੱਧਾ ਤੇ ਜਦੋਂ ਬਾਹਰ ਨਿਕਲਿਆ ਤੇ ਮੈਂ ਲੇਟ ਪਹੁੰਚਿਆ ਸੀ ਮੈਂ ਉਸ ਦਿਨ ਆ ਰਿਹਾ ਸੀਗਾ ਪਟਿਆਲੇ ਤੋਂ ਕੱਲ ਮਿਲਣਾ ਆਇਆ ਮੈਨੂੰ ਕਹਿੰਦਾ ਜੀ ਲੋਕਾਂ ਨੂੰ ਇੰਨੀ ਆਸ ਹੋ ਗਈ ਦਿੱਲੀ ਕਮੇਟੀ ਤੇ ਕਿਸਾਨ ਤੇ ਛੱਡੋ ਜਿਹੜੇ ਦੂਜੀ ਜੇਲ ਵਾਲੇ ਲੋਕ ਨੇ ਨਾ ਉਹ ਵੀ ਲੋਕ ਕਹਿੰਦੇ ਵੀ ਯਾਰ ਆਪਾਂ ਦਿੱਲੀ ਕਮੇਟੀ ਕੋ ਚਲੀ ਆ ਆਪਣੀ ਜਮਾਨ ਤੋਂ ਹੋ ਜੂਗੀ ਸੋ ਮੈਂ ਪਰਿਵਾਰ ਨੂੰ ਕਹਿਣਾ ਚਾਹੁੰਦਾ ਵੀ ਚਿੰਤਾ ਨਾ ਕਰੋ ਅਸੀਂ ਡਟ ਕੇ ਤੁਹਾਡੇ ਲਈ ਖੜੇ ਆ ਸਾਡੇ ਬੱਚੇ ਨੇ ਸਾਡੇ ਪਰਿਵਾਰ ਨੇ ਸਾਡੇ ਪਰਿਭਰਾ ਨੇ ਉਹ ਸਾਡੇ ਬਜ਼ੁਰਗ ਨੇ ਉਹ ਅਸੀਂ ਉਹਨਾਂ ਦੀ ਲੜਾਈ ਲੜਨ ਲਈ ਖੜੇ ਆਂ ਕੱਲ ਅਗਲੇ ਇਸ ਹਫਤੇ 'ਚ ਜਿਹੜਾ ਕਮਿੰਗ ਵੀਕ ਆ ਕੱਲ ਸੋਮਵਾਰ ਹੋ ਜਾਣਾ ਹੈ ਹਰ ਜਿਹੜਾ ਵੀ ਜੇਲ੍ਹ ਅੰਦਰ ਹੈਗਾ ਉਹਨੂੰ ਬਾਹਰ ਰਿਹਾ ਕਰਾ ਦੇਾਂਗੇ ਇਸ ਹਫਤੇ ਫਿਰ ਕਿਦਾਂ ਫਿਰ ਲੀਗਲ ਕਾਫੀ ਖਰਚੇ ਵਧ ਰਹੇ ਹੋਣਗੇ ਦਿੱਲੀ ਕਮੇਟੀ ਦੇ ਵੀ ਜਾਂ ਫਿਰ ਕਿਸਰਾ ਮੈਨੇਜ ਕਰਦੇ ਆਂ ਦੇਖੋ ਇਹ ਦਿੱਲੀ ਕਮੇਟੀ ਦੀ ਇੱਕ ਬਹੁਤ ਵੱਡੀ ਅਜ ਪ੍ਰਤਿਸ਼ਟਾ ਹੈ ਦਿੱਲੀ ਕਮੇਟੀ ਨੂੰ ਇੱਕ ਬਹੁਤ ਵੱਡਾ ਮਾਣ ਪ੍ਰਾਪਤ ਹੈ ਦਿੱਲੀ ਕਮੇਟੀ ਕੋਈ ਵੀ ਕੰਮ ਕਰਦੀ ਹੈ ਉਹਨੂੰ ਸੰਗਤ ਬਹੁਤ ਬੜਾ ਸਹਿਯੋਗ ਦਿੰਦੇ ਅੱਜ ਦਿੱਲੀ ਕਮੇਟੀ ਉਹ ਦਿੱਲੀ ਕਮੇਟੀ ਨਹੀਂ ਜਿਹੜੀ ਤੁਸੀਂ ਪੰਜ ਚਾਰ ਸੱਤ ਲੋਗੇ ਦਾ ਜੁੜ ਕੇ ਆਪਣਾ ਮਾਣ ਪ੍ਰਾਪਤ ਕਰਨਾ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਅੱਜ ਸਾਨੂੰ ਬੜੇ ਫਕਰ ਆਉਂਦਾ ਔਰ ਸਾਨੂੰ ਬੜਾ ਮਾਣ ਆ ਕਿ ਦਿੱਲੀ ਕਮੇਟੀ ਦਾ ਸਟੈਂਡਿੰਗ ਕਾਉਂਸਲ ਨੂੰ ਸਰਕਾਰ ਨੇ ਸੁਪ ਹਾਈ ਕੋਰਟ ਦਾ ਸਿਟਿੰਗ ਜੱਜ ਬਣਾ ਦਿੱਤਾ ਸਰਦਾਰ ਜਸਮੀਤ ਸਿੰਘ ਜੀ ਮੈਂ ਤੁਹਾਨੂੰ ਫਕਰ ਨਾਲ ਦੱਸਣਾ ਚਾਹੁੰਦਾ ਕਿ ਸਰਦਾਰ ਜਸਮੀਤ ਸਿੰਘ ਜੀ ਜਿਹੜੇ ਸਾਡੇ ਸਟੈਂਡਿੰਗ ਕਾਉਂਸਲ ਸੀ ਅੱਜ ਦਿੱਲੀ ਕਮੇਟੀ ਦਾ ਅਸਤਰ ਇਹ ਆ ਉਹਨਾਂ ਨੂੰ ਹਾਈ ਕੋਰਟ ਦਾ ਜੱਜ ਬਣਾਇਆ ਗਿਆ ਹਾਈ ਕੋਰਟ ਦਾ ਇਹ ਮਾਣ ਪ੍ਰਾਪਤ ਕੀਤਾ ਦਿੱਲੀ ਕਮੇਟੀ ਨੇ ਅੱਜ ਅਸੀਂ ਸਿਖਰਾਂ ਤੇ ਬੈਠੇ ਆਂ ਸੋ ਵਧਾਈ ਦਿੰਦੇ ਆਂ ਹਰ ਆਦਮੀ ਅੱਜ ਦਿੱਲੀ ਕਮੇਟੀ ਨਾਲ ਜੁੜਨਾ ਚਾਹੁੰਦਾ ਏ ਕਿ ਮੇਰਾ ਵੀ ਫਕਰ ਆ ਕਿਉਂਕਿ ਸਾਡੀ ਕਮਿਊਨਿਟੀ ਦੀ ਇਹ ਬਹੁਤ ਵੱਡੀ ਤਾਕਤ ਹੈ ਇੱਕ ਅਸੀਂ ਲੋਕਾਂ ਨੂੰ ਦੱਸਿਆ ਕਿ ਇਹਦੀ ਤਾਕਤ ਕੀ ਆ ਇਹਦੀ ਤਾਕਤ ਦੇਸ਼ 'ਚ ਇੱਕ ਪ੍ਰਧਾਨ ਮੰਤਰੀ ਆ ਹਰ ਸੂਬੇ 'ਚ ਇੱਕ ਮੁੱਖ ਮੰਤਰੀ ਆ ਇਸੇ ਤਰ੍ਹਾਂ ਦਿੱਲੀ ਕਮੇਟੀ ਦੇ ਅੰਦਰ ਵੀ ਇੱਕ ਦਿੱਲੀ ਕਮੇਟੀ ਦਾ ਪ੍ਰਧਾਨ ਉਹਦੀ ਤਾਕਤ ਨੂੰ ਦਿਖਾਉਣ ਦੀ ਲੋੜ ਆ ਔਰ ਦੱਸਣ ਦੀ ਲੋੜ ਆ ਅਸੀਂ ਦਿਖਾਈ ਆ ਔਰ ਮਹਿਸੂਸ ਕਰਾਈ ਆ ਸੰਘੇ ਜੀ ਓਖੇ ਵੇਲੇ ਜੇ ਕੋਈ ਖੜ ਜਾਂਦਾ ਨਾ ਤਾਂ ਉਹਨੂੰ ਹਮੇਸ਼ਾ ਲੋਕ ਯਾਦ ਕਰਦੇ ਨੇ ਔਰ ਜੇ ਓਖੇ ਵੇਲੇ ਹੀ ਦਿੱਤਾ ਹੈ ਤਾਂ ਕਾਬਲੇ ਤਾਰੀਫ ਕੰਮ ਹੈ ਕਿਉਂਕਿ ਜਦੋਂ ਲੋਕੀ ਤੱਕਦੇ ਨੇ ਇਸ ਔਖੇ ਸਮੇਂ ਦੇ ਵਿੱਚ ਉਸੇ ਮੋੜ ਦੇ ਵਿੱਚ ਕਿ ਕੀ ਦੀ ਅਸੀਂ ਜਾ ਕੇ ਬਾਹ ਫੜੀਏ ਤਾਂ ਉਸ ਸਮੇਂ ਦਿੱਲੀ ਕਮੇਟੀ ਨੇ ਆ ਕੇ ਲੀਗਲ ਏਡ ਦਿੱਤੀ ਹੈ ਵਕੀਲ ਪ੍ਰੋਵਾਈਡ ਕੀਤੇ ਨੇ ਜ਼ਮਾਨਤਾ ਤੇ ਕਰਾਈ ਰਹੇ ਨੇ ਨਾਲ ਕੰਦੇ ਜਦ ਤੱਕ ਬਰੀ ਨਹੀਂ ਹੋ ਜਾਂਦੇ ਮੁਕਦਮਿਆਂ ਤੋਂ ਤਦ ਤੱਕ ਵੀ ਕੰਮ ਕਰਾਂਗੇ ਸੋ ਮੈਨੂੰ ਲੱਗਦਾ ਇੱਕ ਵੱਡਾ ਉਪਰਾਲਾ ਦਿੱਲੀ ਸੀਗੁਰਾ ਪ੍ਰਬੰਧਕ ਕਮੇਟੀ ਦਾ ਸਦਾ ਮਿੰਜਿੰਦਰ ਸਿੰਘ ਸਰਸਾ ਨਾਲ ਗੱਲਬਾਤ ਕੀਤੀ ਨੋਦੀਪ ਕੋਰ ਦਾ ਹੁਣੇ ਸਵਾਗਤ ਕੀਤਾ ਗਿਆ ਸੀਗਾ ਦਫ਼ਤਰ ਦੇ ਵਿੱਚ ਹਜੇ ਵੀ ਕੁਝ ਪਰਿਵਾਰ ਆਏ ਹੋਏ ਨੇ ਕੰਦੇ ਆਪਣੇ ਬੱਚਿਆਂ ਦੀ ਰਿਹਾਈ ਦੀ ਜਮਾਨਤ ਦੀ ਮਾਲਬਾਤ ਕਰਨ ਵਾਸਤੇ ਬਿਲਕੁਲ ਦਿਖਾ ਰਹੇ ਹਾਂ ਦਫ਼ਤਰ ਦਾ ਮਾਹੌਲ ਹੈ ਦਫ਼ਤਰ ਦਾ ਮਾਹੌਲ ਤੁਹਾਨੂੰ ਦਿਖਾ ਰਹੇ ਹਾਂ ਲੋਕ ਖੜੇ ਹੋਏ ਨੇ ਔਰ ਜਿੱਥੇ ਆਪਣੀ ਜਮਾਨਤਾ ਲੈਣ ਵਾਸਤੇ ਆਏ ਨੇ ਤੁਸੀਂ ਦੇਖ ਸਕਦੇ ਹੋ ਆਪਣੇ ਪਰਿਵਾਰਾਂ ਨੂੰ ਲੈ ਕੇ ਆਏ ਨੇ ਸੰਡੇ ਦਾ ਦਿਨ ਹੈ ਸੰਡੇ ਦਾ ਦਿਨ ਹੈ ਔਰ ਸੰਡੇ ਦੇ ਦਿਨ ਵੀ ਆਏ ਨੇ ਤੁਸੀਂ ਦੇਖ ਸਕਦੇ ਹੋ ਸਿੱਖ ਪਰਿਵਾਰ ਇੱਥੇ ਖੜੇ ਨੇ ਜਿੱਥੇ ਸਿੱਖ ਪਰਿਵਾਰ ਇੱਥੇ ਆਏ ਨੇ ਤੁਹਾਨੂੰ ਦਿਖਾ ਦੇਣਾ ਚਾਹਾਂਗੇ ਹਰਿਆਣਵੀ ਜਿਹੜੇ ਕਿਸਾਨ ਨੇ ਉਹ ਵੀ ਇੱਥੇ ਆਏ ਹੋਏ ਨੇ ਉਹਨਾਂ ਦੇ ਨਾਲ ਇੱਕ ਵਾਰੀ ਗੱਲਬਾਤ ਕਰਦੇ ਹਾਂ ਕਿੰਨਾ ਹਾਂਜੀ ਕੀ ਨਾਮ ਹੈ ਜੀ ਆਪ ਜੀ ਦਾ ਮੇਰਾ ਜੀ ਨਾਮ ਗੁਰਦੀਪ ਸਿੰਘ ਹਾਂ ਜੀ ਕਿੱਥੋਂ ਆਏ ਹੋ ਜੀ ਫਤਿਹਗੜ੍ਹ ਤੋਂ ਜੀ ਮੋਗੇ ਤੋਂ ਠੀਕ ਹੈ ਜੀ ਤੇ ਕਿਹਦੀ ਜਮਾਨਤ ਵਾਸਤੇ ਮੇਰੇ ਲੜਕੇ ਦੀ ਅੱਛਾ ਆਪ ਜੀ ਦੇ ਮੁੰਡੇ ਨੂੰ ਅਰੈਸਟ ਕੀਤਾ ਹਾਂ ਜੀ ਹਾਂ ਜੀ ਕੀ ਨਾਮ ਹੈ ਦਿਲਜਿੰਦਰ ਸਿੰਘ ਤੇ ਕਿੱਥੋਂ ਅਰੈਸਟ ਕੀਤਾ ਉਹ ਰਾਸਤੇ ਚੋਂ ਟਰੈਕਟਰ ਪਰੇਡ ਚੋਂ ਕੀਤਾ ਕਿਹੜੀ ਜਗ੍ਹਾ ਤੋਂ ਜਗ੍ਹਾ ਇਹ ਜੀ ਆਏ ਸੀਗੇ 23 ਤਰੀਕ ਨੂੰ ਉੱਥੋਂ ਪਿੰਡੋਂ ਪਹਿਲਾਂ ਵੀ ਉੱਥੇ ਸਾਡੇ 3 ਜਨਵਰੀ ਨੂੰ ਹਾਂ ਜੀ 23 ਜਨਵਰੀ ਨੂੰ 26 ਜਨਵਰੀ ਨੂੰ ਕਿਸ ਰਸਤੇ ਜੋ ਗਾਪਸ਼ਾ ਹੋ ਗਏ ਸਾਨੂੰ ਇਹਦਾ ਪਤਾ ਨਹੀਂ ਪਲੀਜ਼ ਲਾਪਤਾ ਹੋ ਗਿਆ ਪਲੀਜ਼ ਤੋਂ ਰਾਹ ਪੁੱਛਿਆ ਇਹਨਾਂ ਨੇ ਅੱਛਾ ਉਹ ਸਾਨੂੰ ਬਾਰਡਰ ਤੇ ਪਹੁੰਚਾਓ ਪਿੱਛੇ ਜਿੱਥੇ ਬੈਠੇ ਬੰਦੇ ਆ ਸਾਨੂੰ ਨਹੀਂ ਪਤਾ ਕਿ ਅਸੀਂ ਕਿੱਥੇ ਫਿਰਦੇ ਆ ਅੱਛਾ ਉਹ ਉਹਨਾਂ ਨੂੰ ਬਿਠਾ ਲਿਆ 10 ਮਿੰਟ ਪਾਸੇ-ਆਸੇ ਕਰਕੇ ਉਦੋਂ ਬਾਅਦ ਉਹਨਾਂ ਨੂੰ ਉਹ ਥਾਣੇ ਲੈ ਗਏ ਅੱਛਾ ਤਾਂ ਸਿਰਫ ਰਾਹ ਪੁੱਛਿਆ ਤਿੰਨ ਥਾਣੇ ਬਦਲੇ ਸੁਲਤਾਨਪੁਰੀਆ ਕੋਈ ਮਗੋਲਪੁਰੀ ਉਦੋਂ ਬਾਅਦ ਲਗਨੋਈ ਥਾਣੇ ਦੇ ਵਿੱਚ ਉਹਨਾਂ 'ਤੇ ਪਰਚਾ ਕਰਕੇ ਐਫ ਆਈ ਆਰ ਘਟਕੇ ਸਾਰੀਆਂ ਧਰਾਵਾਂ ਲਾ ਕੇ ਇਹਨਾਂ ਨੂੰ ਕਿਸੇ ਨੂੰ ਤਿਹਾਰ ਜੋਲ ਚ ਇੱਕ ਸ਼ੈਦਰ ਹੋਣੀ ਚਾਹ ਰੋਹਣੀ ਚ ਠੀਕ ਹੈ ਤੇ ਇਹ ਹੁਣ ਬੰਦੇ ਹਰਾਸ ਮੜਿਆ ਦੋ-ਤਿੰਨ ਸਾਨੂੰ ਪਤਾ ਨਹੀਂ ਲੱਗ ਸਕਿਆ ਤੁਹਾਨੂੰ ਤੁਹ ਕਥਾ ਲੱਗਾ ਅੱਛਾ ਠੀਕ ਹੈ ਉਸ ਤੋਂ ਬਾਅਦ ਕਿੱਦਾਂ ਪਤਾ ਲੱਗਾ ਪਤਾ ਲੱਗਾ ਜਿਵੇਂ ਮੰਨ ਲਓ ਗੱਲ ਵੀ ਪੋਲਿਟਿਕਲ ਜਮਾਤ ਜਾਂ ਕਹਿ ਲਓ ਸਾਡੇ ਜਸਰ ਤੂਤਾ ਸਿੰਘ ਜੀ ਅਕਾਲੀ ਦਲ ਵੱਲੋਂ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਗੱਲ ਦਾ ਪਤਾ ਲੱਗ ਹੀ ਜਾਣਾ ਅਸੀਂ ਕਹੇ ਸਾਨੂੰ ਪਤਾ ਨਹੀਂ ਲੱਗਦਾਗਾ ਉਹ ਸਾਡੇ ਪਿੰਡ ਆਏ ਮੇਰੇ ਘਰ ਅਸੀਂ ਇਹਨਾਂ ਤੋਂ ਪੁੱਛਿਆ ਇਹਨਾਂ ਨੇ ਸਰਸਾ ਸਾਹਿਬ ਨੂੰ ਫੋਨ ਲਾਇਆ ਠੀਕ ਹੈ ਇਹਨਾਂ ਨੇ ਸਾਨੂੰ ਪਤਾ ਕਰਕੇ ਸ਼ਾਮ ਤੱਕ ਸਾਨੂੰ ਇਹਨਾਂ ਨੇ ਦੱਸਤਾ ਵੀ ਤੁਹਾਡੇ ਮੁੰਡੇ ਹੈਗੇ ਆ ਔਰ ਠੀਕ ਠਾਕ ਅੱਛਾ ਬੱਚਾ ਇਹਨਾਂ ਤੋਂ ਹੀ ਪਤਾ ਲੱਗਾ ਹਾਂ ਇਹਨਾਂ ਪਤਾ ਲੱਗਾ ਸਾਨੂੰ ਵੀ ਠੀਕ ਠਾਕ ਆ ਉਹ ਸਾਡੇ ਇਹਨਾਂ ਕਾਉਂਸਲਾਂ ਨੂੰ ਮਾਨਤ ਕਰਾ ਰਹੇ ਫੇਰ ਹੁਣ ਜਮਾਨਤ ਹੋਈ ਜੇ ਕਦੋਂ ਕਦੋਂ ਹੋਣੀ ਹੈ ਇੱਕ ਦੀ 25 ਤਰੀਕ ਦੀ ਜਮਾਨਤ ਹੋਈ ਉਹਦੇ ਡਾਕੂਮੈਂਟਸ ਨਹੀਂ ਪੂਰੇ ਹੋ ਰਹੇ ਅਸੀਂ ਪਿੰਡੋਂ ਬੈਠੇ 500 ਕਿਲੋਮੀਟਰ ਦੂਰ ਹਾਂ 500 ਕਿਲੋਮੀਟਰ ਤੋਂ ਹੁਣ ਜਿਹੜੀ ਇੱਕ ਦੀ ਚੀਜ਼ ਵੀ ਲੈਣੂ ਉਹ ਨੂੰ ਵੀ 24-25 ਘੰਟੇ ਲੱਗ ਜਾਣੇ ਆਉਂਦੇ ਕਰਦੇ ਨੂੰ ਇਹੋ ਜਿਹੀ ਪ੍ਰੋਬਲਮ ਇਸ ਇਸ ਪ੍ਰੋਬਲਮ ਚਾ ਅਸੀਂ ਤਿੰਨ ਦਿਨੋਂ ਗੇ ਇੱਥੇ ਬੈਠਿਆ ਨੂੰ ਹਲੇ ਤਿੰਨ ਚਾਰ ਦਿਨ ਹੋਰ ਲੱਗ ਜਾਨੇ ਆ ਚਲੋ ਕੋਈ ਗੱਲ ਨਹੀਂ ਉਹ ਤਾਂ ਕਿਦਾਂ ਦੇਖ ਸਕਦੇ ਹੋ ਅੱچھے ਪਰਿਵਾਰ ਖੜੇ ਨੇ ਔਰ ਕੱਲੇ ਆਏ ਪਰਿਵਾਰ ਨਹੀਂ ਹੈਗੇ ਹੋਰ ਜਿਹੜੇ ਸਾਡੇ ਹਰਿਆਣੇ ਦੇ ਪਰਿਵਾਰ ਆ ਅਸੀਂ ਉਹ ਉਹ ਵੀ ਇੱਥੇ ਆਏ ਹੋਏ ਨੇ ਇੱਕ ਵਾਰੀ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਹਾਂਜੀ ਕੀ ਨਾਮ ਹੈ ਸਰ ਆਪਕੋ ਬਲਰਾਜ ਜੀ ਕਹਾਂ ਸੇ ਆਏ ਜੀ ਨਿੰਨਾਣਾ ਗਾਂਵ ਸੇ ਜੀ ਅੱਛਾ ਜੀ ਕਿਸ ਨੇ ਆਏ ਆ ਆਪ ਹਮਾਰਾ ਲੜਕਾ ਅੰਦਰ ਹੈ ਜੀ ਅੱਛਾ ਅੰਦਰ ਹੈ ਕਦ ਕਿਸ ਤਾਰੀਖ ਕੋ ਜੀ 26 ਤਾਰੀਖ ਹਾਂ ਟਰੈਕਟਰ ਵੀ ਲੜ ठीक है जी यहाँ तो किस, किस लिए हम इसलिए आए हैं जी बेल क्यों नहीं लगी अब तक कमेटी बेल पास पता लगे कमेटी को क्या आपको कैसे पता लगा हमको तो जी फोन पे पता लगा था अच्छा, अच्छा, हां जी गुरुद्वारा कमेटी में जाओ तो लड़ रहे हाँ, हाँ परसों आए थे हम वहाँ उन्होंने बोला वहाँ मिलो जाके परसों मिले थे फिर शाम को कल फोन किया यहाँ मिला कल फिर आओ जी आप ਬਿਲਕੁਲ ਇਹ ਦੇਖ ਸਕਦੇ ਹੋ ਹੋਰ ਵੀ ਜਿਹੜੇ ਇੱਥੇ ਲੋਕ ਇੱਥੇ ਮੌਜੂਦ ਨੇ ਜਿਹੜੇ ਕੰਮ ਕਰ ਰਹੇ ਨੇ ਇਹ ਦਫ਼ਤਰ ਦੇ ਵਿੱਚ ਹੈਗੇ ਆ ਸੰਗਤ ਜੀ ਦੱਸ ਦਈਏ ਇਤਵਾਰ ਦਾ ਦਿਨ ਆ ਸੰਡੇ ਦਾ ਦਿਨ ਆ ਔਰ ਤਕਰੀਬਨ ਸ਼ਾਮ ਦਾ ਸਮਾਂ ਹੋ ਚੁੱਕਾ ਫੇਰ ਵੀ ਦਫ਼ਤਰ ਖੁੱਲਾ ਜਿਹੜੇ ਕਿਸਾਨਾਂ ਦੀ ਰਹਾਈ ਕਰਾਉਣ ਵਾਸਤੇ ਟੀਮ ਹੈ ਪੂਰੀ ਪੂਰੀ ਲਿਸਟ ਜਿਹੜੀ ਹੈਗੀ ਉਹਨਾਂ ਨੇ ਰੱਖੀ ਹੋਈ ਆ ਥਾਣੇ ਦੀ ਜਾਂ ਜੇਲ੍ਹਾਂ ਦੀ ਸੋ ਉਸ ਦੇ ਵਿੱਚ ਕਿਹੜੇ ਕਿਹੜੀ ਪੂਰੀ ਲਿਸਟਿੰਗ ਕੀਤੀ ਜਾ ਰਹੀ ਹੈ ਔਰ ਰਿਹਾ ਕਰਾਨ ਵਾਸਤੇ ਸੋ ਇਹ ਪ੍ਰੋਸੈਸ ਨੇ ਬੜੇ ਲੈਂਥੀ ਪ੍ਰੋਸੈਸ ਨੇ ਬੜੀ ਲੰਬੀ ਟੀਮ ਇਸ ਦੇ ਉੱਪਰ ਕੰਮ ਕਰ ਰਹੀ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦਿੱਲੀ ਸਿਕੁਰਿਟੀ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੀ ਇਤਵਾਰ ਵਾਲੇ ਦਿਨ ਵੀ ਰਿਹਾ ਕਰਾਨ ਵਾਸਤੇ ਕਿਸਾਨਾਂ ਨੂੰ ਜੋ ਲੀਗਲ ਹੈਲਪ ਪ੍ਰੋਵਾਈਡ ਕੀਤੀ ਜਾ ਰਹੀ ਹੈ ਐਸੇ ਤਰੀਕੇ ਅਸੀਂ ਜੋੜਦੇ ਰਾਵਾਂਗੇ ਤੁਸੀਂ ਦੇਖ ਰਹੇ ਹੋ ਹਾਲਾਤ